ਜਿਨ੍ਹਾਂ ਅਸਾਮੀਦਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ ਸੀ, ਹੁਣ ਉਹਨਾਂ ਉਮੀਦਾਂ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ। ਜੀ ਹਾਂ, ਖਾਸ ਤੌਰ ਤੇ ਕਿਸਾਨੀ ਕਰਜ਼ਾ ਮੁਆਫੀ ਨੂੰ ਲੈ ਕੇ ਹੁਣ ਪ੍ਰਕਿਰਿਆ ਅੱਗੇ ਵੱਧ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਹੁਣ ਜ਼ਮੀਨੀ ਪੱਧਰ ਤੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਜੋ ਅਸੀਂ ਉਹ ਦੇ ਰਹੇ ਹਾਂ ਆਪਣਾ ਡੈਟ ਵੇਵਰ, ਇਟ ਇਜ਼ ਗੋਇੰਗ ਟੂ ਸਟਾਰਟ ਸੂਨ। ਜਿੱਥੇ ਤਾਈਂ ਬੈਂਕਾਂ ਦਾ ਆਪਣਾ ਕੰਮ ਹੈ, ਉਹ ਆਪਣਾ ਕੰਮ ਕਰਨ, ਅਸੀਂ ਆਪਣਾ ਕੰਮ ਕਰਾਂਗੇ। ਸਾਡਾ ਕੰਮ ਹੈ ਕਿ ਅਸੀਂ ਉਹਨਾਂ ਨੂੰ ਡੈਟ ਵੇਵਰ ਵਿੱਚ 2 ਲੱਖ ਤਾਈਂ ਅਸੀਂ ਦੇਵਾਂਗੇ, ਬਾਕੀ ਕਿਸੇ ਦਾ 14 ਲੱਖ ਹੈ ਦੈਟ ਵੀ ਕੈਨੋਟ ਹੈਂਡਲ। ਕਦੋਂ ਤੋਂ ਸ਼ੁਰੂਆਤ ਹੋ ਜਾਏਗੀ ਇਸ ਗੱਲ ਦੀ? ਆਲਰੇਡੀ ਇਟ ਸਟਾਰਟਡ ਸਰ। ਪੰਜਾਬ ਦੇ ਵਿੱਚ ਅਸੀਂ ਆਪਣੇ ਡੈਪਟੀ ਕਮਿਸ਼ਨਰ ਨੂੰ ਕਹਿਤਾ, ਉਹ ਲਿਸਟਾਂ ਬਣ ਰਹੀਆਂ ਨੇ, ਮਨੀ ਵੀ ਹੈਵ ਅਰੇਂਜਡ। ਦੂਜੇ ਪਾਸੇ ਵਿਰੋਧੀ ਧਿਰ ਕੈਪਟਨ ਅਮਰਿੰਦਰ ਸਿੰਘ ਦੇ ਇਹਨਾਂ ਐਕਸ਼ਨਾਂ ਤੋਂ ਖੁਸ਼ ਦਿਖਾਈ ਨਹੀਂ ਦੇ ਰਹੀ। ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਨੋਟੀਫਿਕੇਸ਼ਨ ਤਾਂ ਕਈ ਵਾਰ ਜਾਰੀ ਕਰ ਚੁੱਕੇ ਨੇ। ਪੰਜਾਬ ਦੇ ਸਰਕਾਰ ਨੇ ਬਹੁਤ ਵੱਡਾ ਧੋਖਾ ਪੰਜਾਬ ਦੀ ਕਿਸਾਨੀ ਨੂੰ ਕੀਤਾ। ਪੰਜਾਬ ਦੀ ਕਿਸਾਨਾਂ ਨੂੰ ਵਾਅਦਾ ਕੀਤਾ ਕਿ 90,000 ਕਰੋੜ ਉਹਨਾਂ ਕਰਜ਼ਾ ਮਾਫ ਕੀਤਾ ਜਾਊਗਾ। ਉਹਨਾਂ ਨੇ ਕਈ ਵਾਰ ਕੈਬਨਿਟ ਮੀਟਿੰਗ ਕਰਕੇ ਫੈਸਲਾ ਕਰ ਲਿਆ, ਕਈ ਵਾਰ ਨੋਟੀਫਿਕੇਸ਼ਨ ਕਰ ਦਿੱਤੀ। ਹਰ ਰੋਜ਼ ਕਹਿੰਦੇ ਅੱਜ ਕਰਾਂਗੇ ਕੱਲ੍ਹ ਕਰਾਂਗੇ, ਅਤੇ 90,000 ਕਰੋੜ ਤੋਂ ਮੁੱਕਰ ਕੇ ਹੁਣ ਕਹਿੰਦੇ 9,000 ਕਰੋੜ, ਉਹ ਤੋਂ ਵੀ ਮੁੱਕਰ ਕੇ ਹੁਣ 5,000 ਕਰੋੜ 'ਤੇ ਆ ਗਏ ਹੈ। ਉਹਦਾ ਵੀ ਨਹੀਂ ਪਤਾ ਇਹਨੇ ਕਰਨਾ ਹੈ ਕਿ ਨਹੀਂ ਕਰਨਾ। ਆਮ ਆਦਮੀ ਪਾਰਟੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮੁੱਦੇ 'ਤੇ ਬਖਸ਼ਦੀ ਦਿਖਾਈ ਨਹੀਂ ਦੇ ਰਹੀ। ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਮਸਲੇ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀ ਲਿਆਏ। ਉਹਨਾਂ ਦਾ ਕਹਿਣਾ ਹੈ ਕਿ ਖੁਦਕੁਸ਼ੀਆਂ ਅਜੇ ਤੱਕ ਵੀ ਨਹੀਂ ਰੁਕੀਆਂ, ਚਾਹੇ ਉਹ ਕਿਸਾਨ ਹੋਣ ਜਾਂ ਫਿਰ ਖੇਤ ਮਜ਼ਦੂਰ। ਕਿਸਾਨ ਅਤੇ ਖੇਤ ਮਜ਼ਦੂਰ ਦੀ ਆਤਮਹੱਤਿਆ ਨਹੀਂ ਰੁਕ ਰਹੀ। ਸਾਡੇ ਆਫਿਸ ਨੇ ਇੱਕ ਰਿਕਾਰਡ ਮੇਨਟੇਨ ਕੀਤਾ, ਮੇਰੇ ਖਿਆਲ 300 ਤੋਂ ਉੱਤੇ ਕਿਸਾਨਾਂ ਅਤੇ ਗਰੀਬ ਖੇਤ ਮਜ਼ਦੂਰਾਂ ਨੇ ਆਤਮਹੱਤਿਆ ਕਰ ਲਈ ਆ। ਉਹਨਾਂ ਦੀ ਅੱਜ ਤੱਕ ਭਰਪਾਈ ਨਹੀਂ ਹੋ ਸਕੀ। ਆਹ ਜਿਹੜਾ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕੀਤੀ ਗਈ, ਉਹ ਅੱਜ ਤੱਕ ਕਿਸੇ ਕਨਕਲੂਜਨ 'ਤੇ ਨਹੀਂ ਪਹੁੰਚਿਆ। ਚੋਣਾਂ ਤੋਂ ਪਹਿਲਾਂ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦੀ ਗੱਲ ਆਖੀ ਸੀ, ਜੋ ਕਿ 90,000 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ। ਪਰ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਤੋਂ ਪਲਟੀ ਮਾਰੀ ਅਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਸਿਰਫ 2 ਲੱਖ ਤੱਕ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਆਖੀ ਗਈ। ਬਾਅਦ ਵਿੱਚ ਉਸ ਨੂੰ ਲੈ ਕੇ ਵੀ 6-5 ਵਾਲੀ ਸਥਿਤੀ ਪੈਦਾ ਹੋ ਗਈ, ਕਿਉਂਕਿ ਨੋਟੀਫਿਕੇਸ਼ਨ ਕਈ ਵਾਰ ਜਾਰੀ ਕੀਤਾ ਗਿਆ ਜਿਸ ਨੂੰ ਬਾਅਦ ਵਿੱਚ ਪਾਸ ਨਹੀਂ ਕੀਤਾ ਗਿਆ। ਹੁਣ ਕੈਬਨਿਟ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਪਰ ਕਿਸਾਨਾਂ ਤੱਕ ਅਜੇ ਤੱਕ ਇਸ ਨੂੰ ਕੋਈ ਵੀ ਲਾਭ ਕਿਸਾਨਾਂ ਤੱਕ ਇਸ ਦਾ ਨਹੀਂ ਪਹੁੰਚਿਆ ਸੀ, ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਇਹ 6-5 ਸੀ ਕਿ ਕੀ ਸਾਡਾ ਕਰਜ਼ਾ ਮੁਆਫ ਹੋਏਗਾ ਵੀ ਜਾਂ ਨਹੀਂ। ਪਰ ਜਿੰਨੀ ਦੇਰ ਤੱਕ ਇਹ ਫੈਸਲਾ ਲਾਗੂ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਇਹ ਸਥਿਤੀ ਇਦਾਂ ਹੀ ਬਣੀ ਰਹੇਗੀ। ਵਿਰੋਧੀ ਪਾਰਟੀਆਂ ਤਾਂ ਹਮਲੇ ਕਰਦੀਆਂ ਰਹਿਣਗੀਆਂ, ਪਰ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸਾਥੀ ਵੀ ਇਸੇ ਮੁੱਦੇ 'ਤੇ ਉਹਨਾਂ 'ਤੇ ਨਿਸ਼ਾਨਾ ਸਾਧਦੇ ਨਜ਼ਰ ਆਉਂਦੇ ਨੇ। ਕਿਸਾਨੀ ਮੁੱਦੇ 'ਤੇ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਨਾਰਾਜ਼ ਹੋ ਕੇ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਭੇਜ ਚੁੱਕੇ ਨੇ। ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਇਸ ਗੱਲ 'ਤੇ ਜ਼ਿਆਦਾ ਜ਼ੋਰ ਦਿੰਦੇ ਨਜ਼ਰ ਆਉਂਦੇ ਨੇ ਕਿ ਜੋ ਖੁਦਕੁਸ਼ੀਆਂ ਸਾਡੇ ਰਾਜ ਵਿੱਚ ਹੋਈਆਂ ਨੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਰਾਜ ਨਾਲੋਂ ਬਹੁਤ ਘੱਟ ਨੇ, ਜੋ ਕਿ ਬਹੁਤ ਸ਼ਰਮਨਾਕ ਬਿਆਨ ਜਾਪਦਾ ਹੈ ਕਿ ਖੁਦਕੁਸ਼ੀਆਂ ਤਾਂ ਅਜੇ ਵੀ ਜਾਰੀ ਨੇ, ਫਿਰ ਸਰਕਾਰ ਬਦਲਣ ਦਾ ਫਾਇਦਾ ਕੀ ਹੋਇਆ। ਸ਼ਾਇਦ ਇਸੇ ਕਰਕੇ ਹੁਣ ਜੋ ਮੈਨੀਫੈਸਟੋ ਚੋਣਾਂ ਤੋਂ ਪਹਿਲਾਂ ਰਿਲੀਜ਼ ਕੀਤਾ ਜਾਂਦਾ ਹੈ, ਵਾਅਦਿਆਂ ਜਿਹਦੇ ਵਿੱਚ ਲਿਖੇ ਹੁੰਦੇ ਨੇ, ਉਸ ਨੂੰ ਇਸੇ ਕਰਕੇ ਹੁਣ ਲੀਗਲ ਡਾਕੂਮੈਂਟ ਬਣਾਉਣ ਦੀ ਮੰਗ ਵੀ ਲਗਾਤਾਰ ਉੱਠ ਰਹੀ ਹੈ ਕਿ ਜੇਕਰ ਕੋਈ ਪਾਰਟੀ ਮੈਨੀਫੈਸਟੋ ਵਿੱਚ ਜੋ ਵਾਅਦੇ ਕਰਦੀ ਹੈ ਸਰਕਾਰ ਬਣਨ ਤੋਂ ਬਾਅਦ ਉਹ ਪੂਰੇ ਨਾ ਕਰੇ ਤਾਂ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜੋ ਕੈਪਟਨ ਅਮਰਿੰਦਰ ਸਿੰਘ ਨੇ ਜੋ ਹੌਸਲਾ ਹੁਣ ਕਿਸਾਨਾਂ ਨੂੰ ਦਿੱਤਾ ਹੈ ਕਿ ਕਰਜ਼ਾ ਮਾਫੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਤੁਹਾਨੂੰ ਇਸ ਵਿੱਚ ਕਿੰਨੀ ਕੁ ਸੱਚਾਈ ਜਾਪਦੀ ਹੈ, ਤੁਹਾਡੀ ਇਸ ਬਾਰੇ ਕੀ ਰਾਏ ਹੈ, ਇਸ ਵੀਡੀਓ 'ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਜੇਕਰ ਤੁਸੀਂ ਪੰਜਾਬ ਦੀ ਹਰ ਖਬਰ ਦੀ ਸੱਚਾਈ ਤੋਂ ਜਾਣੂ ਰਹਿਣਾ ਚਾਹੁੰਦੇ ਹੋ ਤਾਂ ਦ ਪੰਜਾਬ ਟੀਵੀ ਨੂੰ ਯੂਟਿਊਬ 'ਤੇ ਸਬਸਕ੍ਰਾਈਬ ਜ਼ਰੂਰ ਕਰ ਲਓ। ਫੇਸਬੁੱਕ 'ਤੇ ਸਾਡਾ ਦ ਪੰਜਾਬ ਟੀਵੀ ਨਾਂ ਦਾ ਪੇਜ ਹੈ, ਉਸ ਨੂੰ ਵੀ ਲਾਈਕ ਕਰ ਲਓ ਤਾਂ ਜੋ ਤੁਸੀਂ ਪੰਜਾਬ ਦੀ ਕੋਈ ਵੀ ਖਬਰ, ਕਿਸੇ ਵੀ ਖਬਰ ਦੀ ਸੱਚਾਈ ਮਿਸ ਨਾ ਕਰ ਸਕੋ। ਮੈਂ ਜੱਜ ਸਿੰਘ ਚਾਲ ਅਗਲੀ ਵਾਰ ਫਿਰ
ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦ ਪੰਜਾਬ ਟੀਵੀ।